ਫਾਇਦਿਆਂ 'ਚ ਮੈਂ ਤੁਹਾਨੂੰ ਦੱਸਾਂ ਕਿ ਇਸ ਦੇ ਅਣਗਿਣਤ ਫਾਇਦੇ ਹੈ। ਕੌਨਸਟੀਪੇਸ਼ਨ ਬਾਡੀ 'ਚ ਬਿਲਕੁਲ ਨਹੀਂ ਰਹਿਣ ਦੇਣਾ, ਬਿਲਕੁਲ ਪੂਰੀ ਬਾਡੀ ਨੂੰ ਨਰਿਸ਼ ਰੱਖਣਾ, ਪੂਰੇ ਸਰੀਰ ਦੇ ਸੈਲਸ ਦੀ ਤੋੜ ਫੋੜ ਜਿੰਨੀ ਹੁੰਦੀ ਆ ਰਿਪੇਅਰ ਕਰ ਦਿੰਦਾ। ਜਿੰਨੇ ਅੱਜ ਦੇ ਜ਼ਮਾਨੇ 'ਚ ਜਿੰਨੀ ਜ਼ਿਆਦਾ ਟੈਨਸ਼ਨ ਹੈ ਨਾ, ਉਸ ਨੂੰ ਇਹ ਬਸ ਮੈਂਟਲ ਫਟੀਕ ਦੂਰ ਕਰਨ ਲਈ, ਸਿਆਣੇ ਦੀ ਨਿਆਣੇ ਦੀ ਸਭ ਦੇ ਲਈ, ਸਭ ਦੇ ਲਈ ਬਹੁਤ ਵਧੀਆ। ਪੜ੍ਹਨ ਵਾਲੇ ਬੱਚਿਆਂ ਦੇ ਲਈ ਇਹ ਸਭ ਤੋਂ ਅੱਛਾ, ਕਿਉਂਕਿ ਮੈਮਰੀ ਸਭ ਤੋਂ ਵਧੀਆ ਕਰਦਾ ਹੈ। ਲੇਟ ਸ਼੍ਰੀ ਰਾਮ ਸਾਹਿਬ ਜੀ, ਇਹ ਮੇਰੇ ਦਾਦਾ ਜੀ ਜਿਨ੍ਹਾਂ ਨੇ ਇਹ ਕੰਮ ਨੂੰ ਸ਼ੁਰੂ ਕੀਤਾ ਸੀ, ਔਰ ਅਸੀਂ ਤਾਂ ਉਹਨਾਂ ਦੀ ਲੈਗੇਸੀ ਨੂੰ ਅੱਗੇ ਵਧਾ ਰਹੇ ਹਾਂ। ਕਿ ਹਮ ਸਟਰੀਟ ਫੂਡ ਤੋਂ ਆਪਕੋ ਬਹੁਤ ਖਿਲਾਤੇ ਹੈ, ਆਪ ਬੋਲਤੇ ਹੈ ਕੁਛ ਹੈਲਦੀ ਦਿਖਾਓ, ਤੋ ਜਨਾਬ ਆਜ ਮੈਂ ਆਪਕੋ ਸਰਦੀਓ ਕਾ ਐਸਾ ਹੈਲਦੀ ਫੂਡ ਦਿਖਾਨੇ ਲਗਾਊਂ ਜਿਸਕੇ ਬਹੁਤ ਸਾਰੇ ਫਾਇਦੇ ਹੈ, ਆਈਏ ਚਲਤੇ ਹੈਂ। ਨਮਸਕਾਰ ਦੋਸਤੋ, ਮੇਰਾ ਨਾਮ ਹੈ ਰਾਜੇਸ਼ ਕਪੂਰ। ਨੀਅਰਲੀ 80 ਆਡ ਈਅਰਸ ਤੋਂ ਅਸੀਂ ਇਹ ਬਦਾਮ ਰੋਕਣ ਦਾ ਕੰਮ ਕਰ ਰਹੇ ਹਾਂ। ਦੁਕਾਨ ਸਾਡੀ 100 ਸਾਲ ਪੁਰਾਣੀ ਹੈ। ਇਹ ਹੈ ਜੀ ਗੁਰਬੰਦੀ ਗਿਰੀ, ਆਉਂਦੀ ਹੈ ਅਫਗਾਨਿਸਤਾਨ ਤੋਂ, ਔਰ ਇਸ 'ਚ ਮੈਕਸੀਮਮ ਬਦਾਮ ਰੋਗਨ ਹੁੰਦਾ ਹੈ 1 ਕਿਲੋ 'ਚੋਂ ਅੱਧਾ ਕਿਲੋ। ਇਹ ਹੈ ਉਹ ਬਦਾਮ ਰੋਗਨ, ਇਹ ਜਦੋਂ ਅਸੀਂ ਤਾਜ਼ਾ ਕੱਢਦੇ ਹਾਂ ਹਲਕਾ ਗਹਿਰਾ ਹੁੰਦਾ, ਉਸ ਤੋਂ ਬਾਅਦ ਇਹ ਸੈਟਲ ਹੋ ਕੇ ਇਸ ਤਰ੍ਹਾਂ ਕਲੀਅਰ ਹੋ ਜਾਂਦਾ। ਮੈਂ ਹੁਣ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਇਹਦਾ ਪ੍ਰੋਸੀਜਰ ਕੀ ਹੈ। ਇਹ ਇੱਕ ਛੋਟਾ ਕੋਲੂ ਹੈ, ਇਸ ਨੂੰ ਕੋਲਡ ਪ੍ਰੈਸਡ, ਇਹ ਪ੍ਰੋਸੈਸ ਹੈ ਕੋਲਡ ਪ੍ਰੈਸਡ। ਇਸ ਦੇ ਵਿੱਚ ਇਹ ਸਿਲੰਡਰ ਦੇ ਅੰਦਰ ਲੱਕੜੀ ਦੇ ਗੁਟਕੇ ਹੁੰਦੇ ਆ। ਇਹ ਜਦੋਂ ਮੁੰਗਲੀ ਇਸ ਨੂੰ ਬੋਲਿਆ ਜਾਂਦਾ, ਉਹ ਰਿੰਗ ਦੇ ਉੱਪਰ ਚੱਲ ਕੇ ਹੀਟ ਪ੍ਰੋਡਿਊਸ ਹੁੰਦੀ ਬੜੀ ਲਾਈਟ, ਉਹ ਜਿਹੜੇ ਲੱਕੜੀ ਦੇ ਗੁਟਕੇ ਆ ਉਹ ਪ੍ਰੈਸ ਕਰਕੇ ਇਸ ਬਦਾਮ ਰੋਗਨ ਨੂੰ ਨਿਕਾਲਦੇ ਆ। ਲਓ ਜੀ, ਪਹਿਲੇ ਮੈਂ ਮਸ਼ੀਨ ਕਰ ਰਿਹਾ ਜੀ ਔਨ, ਐਂਡ ਇਹ ਰਹੀ ਜੀ ਗੁਰਬੰਦੀ ਗਿਰੀ। ਇਹ ਸਰ ਹੁਣ ਪਹਿਲੇ ਜਿਹੜੀਆਂ ਗਿਰੀਆਂ ਹੈ ਕ੍ਰੱਸ਼ ਹੋ ਰਹੀਆਂ, ਪਹਿਲੇ ਇਹ ਕ੍ਰੱਸ਼ ਹੋ ਜਾਣਗੀਆਂ, ਔਰ ਇਸ ਦੇ ਵਿੱਚ ਫਿਰ ਅਸੀਂ ਹਲਕਾ ਜਿਹਾ ਪਾਣੀ ਲਗਾ ਕੇ ਇਸ ਨੂੰ ਡੋ ਦੀ ਤਰ੍ਹਾਂ, ਜਿਸ ਤਰ੍ਹਾਂ ਡੋ ਬਣਦਾ ਹੈ ਉਸ ਤਰ੍ਹਾਂ ਡੋ ਬਣ ਜਾਏਗਾ। ਫਿਰ ਇਟ ਵਿਲ ਟੇਕ ਟਾਈਮ, ਜਿੱਦਾਂ ਜਿੱਦਾਂ ਹੀਟ ਪ੍ਰੋਡਿਊਸ ਹੋਏਗੀ ਥੱਲੇ ਓਇਲ ਨਿਕਲ ਜਾਏਗਾ, ਉੱਪਰ ਉਸਦਾ ਵੇਸਟ ਰਹਿ ਜਾਂਦਾ ਬਾਅਦ ਦੇ ਵਿੱਚ। ਇਹ ਬਸ ਹੁਣੇ ਤੁਹਾਡੇ ਸਾਹਮਣੇ ਹੀ ਹੁਣੇ ਹੀ ਮਿੰਟਾਂ ਵਿੱਚ ਇਹ ਸ਼ੁਰੂ ਹੋ ਜਾਏਗਾ। ਲਓ ਸਰ, ਹੁਣ ਇਹ ਗਰਮ ਹੋ ਗਿਆ ਔਰ ਪ੍ਰੈਸ ਹੋ ਗਿਆ। ਆਹ ਦੇਖੋ, ਹੁਣ ਨੀਚੇ ਤੁਸੀਂ ਦੇਖ ਸਕਦੇ ਹੋ ਕਿ ਇਹ ਧਾਰ ਆ ਲੱਗ ਪਈ। ਇਹ ਬਦਾਮ ਰੋਗਨ ਹੁਣ ਇਨੀਸ਼ਲੀ ਥੋੜ੍ਹਾ ਜਿਹਾ ਗਹਿਰਾ ਹੋਏਗਾ, ਇਹ ਇਸੇ ਤਰ੍ਹਾਂ ਪਿਆ ਨੀਚੇ ਬੜਾ ਬਰੀਕ ਛਿਲਕਾ ਬੈਠ ਕੇ ਸੈਟਲ ਹੋ ਕੇ ਇਟ ਵਿਲ ਬੀ ਲਾਈਕ ਗੋਲਡਨ ਯੈਲੋ। ਯੈਸ ਸੀ, ਇਹ ਹੁਣ ਤੁਸੀਂ ਦੇਖ ਸਕਦੇ ਹੋ ਇਹ ਬਦਾਮ ਰੋਗਨ। ਆ ਦੇਖੋ ਕਿ ਇਹ ਕ੍ਰੱਸ਼ ਹੋ ਗਿਆ, ਪ੍ਰੋਸੈਸ ਹੋ ਗਿਆ ਸ਼ੁਰੂ। अब ये आप चेक कर सकते हैं, 15 से 20 मिनट का ये प्रोसेस है। और ये देखिए जनाब, अब जो धार है, जो बादाम रोगन है, बादाम का जो तेल है वो निकल रहा है जनाब। और सबसे बढ़िया बात है कि आपकी आंखों के सामने सारा प्रोसेस होता है, कोई बंद कमरे में कुछ ऐसा नहीं है कि दिखाया कुछ जाता है और बेचा कुछ जा रहा है। एंड द बेस्ट पार्ट इज, बंद कमरे में कुछ नहीं हो रहा है, आपके सामने आप बादाम लीजिए, आपके सामने कोल्हू चलाया जाएगा, इसमें से तेल निकाला जाएगा, और जो फायदे हैं वो अनलिमिटेड है। देखिए, आज की जो हमारी लाइफ है टेंशन वाली लाइफ है। और ऑनलाइन मंगवा सकते, जब मैं छोटा था मेरे को याद है दादी बोलती थी कि बादाम खा ले, बादाम से जो दिमाग है तेज होता है। तो जनाब, आपका दिमाग अगर तेज करना चाहते हैं तो एड्रेस मैं आपको बता देता हूँ। एड्रेस की है जी, SS राम सहाय जोगिंदर पाल, चौक जग्गू, नियर पैरों बाजार, जलंधर। क्या बात है जनाब, यहाँ पर आपकी आंखों के सामने ये बादाम रोगन दिया जाएगा। एंड बिलीव मी, विंटर का ये एक तोहफा मैं बोल सकता हूँ, बहुत से इसके फायदे हैं। अगर आपके घर में बड़ा बुजुर्ग होगा उससे आप पूछ सकते हैं कि इसके कितने फायदे हैं। तो आप ऑनलाइन ऑर्डर भी आप ऑनलाइन भी इसको मंगवा सकते हैं। टेलीफोन नंबर इनका दे दूंगा, एड्रेस दे दूंगा। और ये वाकई बहुत अच्छी वीडियो है मेरे लिए भी, मैं भी इसको घर लेके जाने वाला हूँ। और बस आप प्यार ऐसे ही देते रहिए। थैंक यू सो मच अंकल, बहुत अच्छा लगा आपसे मिलके।